लेकिन अज ए दसना के इश्क दा मुर्शिद कौन है, इश्क दा मुर्शिद कौन है छाना, क्योंकि अर्श दा मालिक, फर्श दा मालिक, हुसैन मालिक जी कुल खुदाई दा, अर्श दा मालिक, फर्श दा मालिक, हुसैन मालिक जी कुल खुदाई दा, हुसैन आला, हुसैन औला, हुसैन मौला जी हर मौलाई दा, हुसैन ही सुर है और हुसैन ही गुर है, झुकाना चाहा था जिस सर को शाम वालों ने, झुकाना चाहा था जिस सर को, अरे शाम वालों ने, शिकस्त ये है कि उसी सर को फिर उठा के चले, उसी सर को फिर उठा के चले। मैं ये दसना कुल कायनात दा मुर्शिद इश्क है जी, ये दसना इश्क दा मुर्शिद कौन है। अल्लाह ने जब इश्क नु बनाया, अल्लाह ने इश्क नु बनाया, खालिक फरमांदे ने मैं तेनु बना बैठा ते तेनु चेक नहीं कीता, हुण रब ने इश्क नु चेक कीता ते हुण खालिक नु नालो लाण ते लैण कोई ना इश्क नहीं, बल्कि मालक खालक नु भी सरापा इश्क होना पै गया, उस बेहद नु भी इस हद विच आना पै गया। एक दिन जिक्र आ गया है, इस कहते मौला मैं इस दुनिया उत्ते कलो, खालिक फरमाया मैं तेरे वास्ते, तू मेरे वास्ते, तेरा दुनिया नाल काम की है, तू करेगा की जाके, इत्थे इस करी आंदे ने आओ दसा मैं दुनिया नाल काम केड़ा करांगा, इस करी फरमांदे ने जेड़े वेखण ओ जेड़े वेखण सुनन विच की नहीं, ओ तेरे यार दे घोड़े दी धूड़ दिया, ते जे ना कसमा चुकावा ते मैं इसकी शकी नहीं, ओ रांझे जट दे कट के वट सारे, साफ दी गली दे कुत्ते आवे, मियां साफ
ਦਿਹਾੜੇ ਤੱਕ ਤੈਨੂੰ ਯਾਦ ਰਹਿ ਉਹ ਕੰਮ ਕਿਹੜਾ ਇੱਥੇ ਇਸ਼ਕਰੀ ਆਉਂਦੇ ਨੇ ਸਰ ਚਾੜ ਮੌਲਾ ਇਹ ਸਰ ਚਾੜ ਹੁਸੈਨ ਦਾ ਸ਼ੱਕੀ ਨਹੀਂ ਉਹ ਵਿੱਚ ਕਰਬਲਾ ਤਪਦੀ ਦੇ ਤੁੱਤੇ ਖਾਲਿਕ ਨੇ ਹਰ ਪਾਸੇ ਨਜ਼ਰ ਮਾਰ ਕੇ ਆਖਿਆ ਇਸ਼ਕਾ ਜੇ ਤੂੰ ਕਿਸੇ ਨੂੰ ਸਜਦਾ ਕਰਨਾ ਤੇ ਜਾ ਹੁਸੈਨ ਨੂੰ ਕਰ ਦੇ ਕਾਇਨਾਤ ਜੈਸਾ ਮੁਰਸ਼ਦ ਹੀ ਨਹੀਂ ਜੈਸਾ ਹੁਸੈਨ ਬਾਦਸ਼ਾਹ ਹੈ ਉਹਨੇ ਆਖਿਆ ਨਾ 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 ਪਾਣੀ ਪੀਵੀਏ ਪੁਣ ਕੇ ਤੇ ਗੁਰੂ ਫੜੀਏ ਚੁਣ ਕੇ ਮੈਂ ਪਹਿਲੋਂ ਹੁਸੈਨ ਦਾ ਇਮਤਿਹਾਨ ਲੈਣਾ ਫਿਰ ਸਜਦਾ ਕਰਨਾ ਹੈ ਖਾਲਿਕ ਫਰਮਾਉਂਦੇ ਨੇ ਇਮਤਿਹਾਨ ਕਿਵੇਂ ਲੈਣੀ ਮੌਲਾ ਆਹ ਜਿਹੜਾ ਤੇਰਾ ਸੂਰਜ ਹੈ ਜੋ ਮੈਂ ਆਖਾਂ ਜੋ ਕਰੇ ਇੱਥੇ ਅਮਰ ਲੱਗ ਗਿਆ ਸੂਰਜ ਤੇ ਅੱਲਾਹ ਫਰਮਾਉਂਦੇ ਨੇ ਜਾ ਬਈ ਜੋ ਇਸ਼ਕਾਂ ਦਾ ਹੀ ਕਰ ਸੂਰਜ ਵੀ ਥੱਲੇ ਆਏ ਨੇ ਇਸ਼ਕਰੀ ਪੈਗਾਮ ਦੇਣ ਲੱਗੇ ਨੇ ਇਸ਼ਕਰੀ ਫਰਮਾਉਂਦੇ ਨੇ ਉਹ ਅੱਜ ਖੋਲ ਕੇ ਹਰ ਇੱਕ ਅੱਖ ਆਪਣੀ ਮੇਰੇ ਵੱਲੋਂ ਪੈਗਾਮ ਪੁਚਾ ਦੇਵੀ ਸਬਰ ਦੀ ਹੱਦ ਵੇਖਾਂ ਸਾਰਾ ਪਵੇ ਜੇ ਸੇਖ ਸ਼ਬੀਰ ਉੱਤੇ ਮੁਸਲਮਾਨ ਤਾਰੀਖ ਗਵਾਏ ਕਿਤਾਬ ਦਾ ਨਾਂ ਤੌਜ਼ੀ ਅਲ ਮਸਾਇਲ ਕਿਤਾਬ ਹੈ ਜਿਲਦ ਨੰਬਰ 2 ਉਹਦੇ ਚ ਮੌਜੂਦ ਹੈ ਜਦੋਂ ਸੂਰਜ ਇਸ ਸੂਰਜ ਦੀ ਇੱਕ ਅੱਖ ਖੁੱਲਦੀ ਹੈ ਨਾ ਤੇ ਮੱਛੀਆਂ ਪਾਣੀ ਚੋਂ ਬਾਹਰ ਆ ਕੇ ਤੜਪਣੀਆਂ ਸ਼ੁਰੂ ਹੋ ਜਾਂਦੀਆਂ ਨੇ ਜ਼ਮੀਨ ਤਾਂਬੇ ਵਾਂਗੂ ਲਾਲੋ ਲਾਲ ਹੋ ਜਾਂਦੀ ਹੈ ਸਿਰਫ ਇੱਕ ਅੱਖ ਖੁੱਲਣ ਨਾਲ ਗੌਰ ਰਹੇ ਮੁਸਲਮਾਨ ਮੈਦਾਨ ਕਰਬਲਾ ਵਿੱਚ ਇਮਾਮ ਅਲੀ ਮਕਾਮ ਤੇ ਸੂਰਜ ਦੀਆਂ 40 ਅੱਖਾਂ ਖੁੱਲਦੀਆਂ
ਜਦੋਂ 40 ਅੱਖਾਂ ਖੁੱਲੀਆਂ ਨੇ ਸਰਕਾਰ ਮੁਸਕਰਾ ਕੇ ਫਰਮਾਉਂਦੇ ਨੇ 40 ਰੱਬ ਦੇ ਤੇ ਇਸ਼ਕ ਦੇ ਅੱਖਾਂ ਨਾਲ ਖੋਲੀਆਂ ਨੇ ਪਰ ਬਾਕੀ ਅੱਖਾਂ ਮੇਰੇ ਅੱਖ ਨਾਲ ਖੋਲ ਕਿਉਂਕਿ ਮੈਂ ਵੇਖ ਰਿਹਾ ਤੇਰੇ 'ਚ ਕਿੰਨਾ ਕੁ ਸੇਫ ਹੈ ਜਦੋਂ ਸਾਰੀਆਂ ਅੱਖਾਂ ਖੋਲੀਆਂ ਨੇ ਸਰਕਾਰ ਫਰਮਾਉਂਦੇ ਅਜੇ ਤੱਕ ਮੈਨੂੰ ਤੇਰਾ ਉਹ ਸੇਖ ਨਹੀਂ ਆਇਆ ਜਿਹੜਾ ਅਲੀ ਅਕਬਰ ਦੀ ਬਰਸੀ ਦਾ ਆਇਆ ਉਹ ਬਹੁਤ ਸੂਰਜ ਹੁਸੈਨ ਦਾ ਆਰਡਰ ਯਾਦ ਰੱਖੀ ਸਰਕਾਰ ਫਰਮਾਉਂਦੇ ਨੇ ਆ ਸ਼ਮਸ ਫਲਕ ਦਾ ਜੀ ਹੋਇਆ ਅੱਜ ਮੇਰੇ ਤੂੰ ਅਸੂਲ ਦੀਆਂ ਤੇ ਮੈਂ ਹੁਸੈਨਾ ਕੁਝ ਤੇ ਮੰਗ ਮੈਥੋਂ ਤੇ ਸ਼ਨਾ ਵੇਖ ਅੱਜ ਸਿਫਤੇ ਰਸੂਲ ਦੀਆਂ ਰਸੂਲ ਦੀਆਂ ਤੇ ਇੱਕ ਆਰਡਰ ਜਿਹੜਾ ਮੌਲਾ ਹੁਸੈਨ ਬਾਦਸ਼ਾਹ ਲਾਇਆ ਹੈ ਉਹ ਆਰਡਰ ਕਿਹੜਾ ਹੈ ਆਰਡਰ ਲਾ ਕੇ ਮੌਲਾ ਹੁਸੈਨ ਬਾਦਸ਼ਾਹ ਫਰਮਾਉਂਦੇ ਨੇ ਉਹ ਸਭੇ ਅੱਖੀਆਂ ਖੋਲ ਕੇ ਵੇਖ ਮੈਨੂੰ ਬਹੁਤੀ ਗੱਲ ਤੇ ਨਹੀਂ ਹੋਰ ਜਾਣਦਾ ਮੈਂ ਸ਼ਾਨ ਅਰਸ਼ ਮੌਲਾ ਤੋਂ ਵੱਧ